ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ। ਅੱਜ ਆਪਾਂ ਚੱਲੇ ਹਾਂ ਜੀ ਬਠਿੰਡੇ, ਜਾ ਰਹੇ ਹਾਂ ਜੀ ਬਠਿੰਡੇ। ਚਲੋ ਆਓ ਫਿਰ ਚੱਲਦੇ ਹਾਂ। ਪੂਰੇ ਕਹਾਂ ਜਾਵਾਂਗੇ, ਹੁਣ ਜਾ ਰਹੇ ਹਾਂ ਜੀ ਬਰਨਾਲੇ। बरनाले आप पहुँच चुके हैं जी। आ सेंटर जी ने, आईलैस सेंटर जी ने, सजे हथ मुड़ के अड्डा हम आप अड्डे जा रहे हैं। बरनाले पहुँच चुके हैं जी असी, साडा बोल्ट भी मिल चुका अड्डे पहुँच चुके हैं जी। बरनाले इतने आने सार बठिंडे वाली बस सू मिल गई है, हम आप चलते बठिंडे। ਮੁੰਡਾ ਥੱਕ ਗਿਆ ਜੀ, ਖੜਾ ਖੜਾ ਰਾਹ 'ਚ ਬੈਠ ਗਿਆ। ਅੱਗੇ ਟ੍ਰੇਨ ਜਾ ਰਹੀ ਆ ਬਾਬਿਓ, ਤਾਂ ਕਰਕੇ ਸਾਨੂੰ ਖੜਨਾ ਪੈ ਗਿਆ ਰਸਤੇ 'ਚ। ਉੱਤੋਂ ਮੌਸਮ ਵੀ ਖਰਾਬ ਹੋ ਰਿਹਾ ਗਾ, ਮੈਨੂੰ ਲੱਗਦਾ ਮੀਂਹ ਹੋਣ ਦੇ ਚਾਂਸ ਵੱਧ ਰਹੇ ਨੇ। ਉੱਚੋ ਪਹੁੰਚ ਚੁੱਕੇ ਹਾਂ ਜੀ ਅਤੇ ਮੀਂਹ ਬਹੁਤ ਆ ਗਿਆ ਬਾਹਰ, ਅਤੇ ਮੂਹਰੇ ਖੜੇ ਹਾਂ ਜੀ। ਮੀਂਹ ਬਹੁਤ ਚੱਲ ਪਿਆ ਜੀ, ਮੀਂਹ ਅੱਗੇ ਮੂੰਹ ਭਰ ਗਿਆ ਮੀਂਹ ਨੇ ਪੂਰਾ। ਬਾਬੇ ਜਿੰਨਾ ਬਠਿੰਡੇ ਨੇੜੇ ਜਾ ਰਹੇ ਹਾਂ ਮੀਂਹ ਵੱਧਦਾ ਹੀ ਜਾ ਰਿਹਾ ਗਾ। ਆਹ ਦੇਖੋ ਤੁਹਾਡੇ ਸਾਹਮਣੇ ਗੱਡੀਆਂ ਕਿਵੇਂ ਡੁੱਬੀਆਂ ਪਈਆਂ ਨੇ, ਦੇਖੋ ਕਿੰਨਾ ਬੁਰਾ ਹਾਲ ਆ। ਔਰ ਸਕਾਰਪੀਓ ਦੇਖ ਲਓ, ਉੱਚੀ ਗੱਡੀ ਹੁੰਦੀ ਆ ਉਹ ਵੀ ਡੁੱਬੀ ਪਈ ਆ ਤੁਹਾਡੇ ਸਾਹਮਣੇ। ਅਤੇ ਬਹੁਤ ਕੁਝ ਦਿਖਾਉਣਾ ਜੀ ਤੁਹਾਨੂੰ, ਪਰ ਮੀਂਹ ਹੋਣ ਦਾ ਕਾਰਨ ਬਹੁਤ ਕੁਝ ਰਹਿ ਜੂਗਾ ਆਪਣਾ। ਚਲੋ ਕੋਈ ਬਾਤ ਨਹੀਂ, ਜਿੰਨਾ ਕੁਝ ਦਿਖਾਇਆ ਜਾਊ ਉਹਨਾਂ ਦਿਖਾਵਾਂਗੇ। ਮੀਂਹ ਰੁਕ ਚੁੱਕਿਆ ਬਾਬੇ, ਪਰ ਮੈਨੂੰ ਲੱਗਦਾ ਦੁਬਾਰੇ ਆਊਗਾ, ਕਿਉਂਕਿ ਵਾਰ ਵਾਰ ਥੋੜ੍ਹਾ ਥੋੜ੍ਹਾ ਆਈ ਜਾਂਦਾ। ਬਠਿੰਡੇ ਦੀਆਂ ਜਾਣ ਗਲੀਆਂ 'ਚ ਹੁਣ ਮੁੰਡੇ ਲੱਭਦੇ ਹੋਏ ਆਟੋ। ਠੰਡਾ ਨਾ ਕਰੀ, ਠੰਡ ਤਾਂ ਪੈਣੀ ਬਹੁਤ ਆ। ਦੇਖੋ ਠੰਡ 'ਚ ਅਸੀਂ ਠੰਡਾ ਵੀ ਆਹ ਦੁਕਾਨ ਨੂੰ ਦੇਖ ਕੇ ਲੱਭੀ ਅੰਦਰ ਆ ਗਿਆ, ਕਹਿੰਦਾ ਮੈਂ ਬਿਰਿਆਨੀ ਖਾਣੀ ਆ। ਚੱਲ ਮੈਂ ਕਿਹਾ ਖਾ ਲਾ ਭਾਈ, ਮੈਂ ਤਾਂ ਖਾਂਦਾ ਨਹੀਂ ਨੌਨ ਵੈੱਜ, ਮੈਂ ਕਿਹਾ ਤੂੰ ਖਾ ਲਾ ਚੱਲ। ਕਿਵੇਂ ਲੱਗੀ ਬਈ ਲੱਭੀ? ਹੈਂ ਪਾਪਾ ਦਾ ਖਾਂਦੇ ਨਹੀਂ ਸੀ ਨੌਨ ਵੈੱਜ, ਮੀਂਹ ਦੁਬਾਰੇ ਚੱਲ ਪਿਆ ਸੀ ਅਤੇ ਅਸੀਂ ਪੂਰੇ ਭਿੱਜ ਚੁੱਕੇ ਸੀਗੇ, ਬਹੁਤ ਮੀਂਹ ਆ ਜੀ, ਭਰ ਗਏ ਭਰ ਗਏ ਸੀ। ਇਹਨੂੰ ਰੁਕੋ ਇਹਨੂੰ ਰੁਕੋ, ਬਾਲਾ ਮੀਂਹ ਆ ਯਾਰ, ਅਸੀਂ ਯਾਰ ਜਿੱਥੇ ਇੰਨੇ ਮੀਂਹ ਪਾ ਕੇ ਹੁਣ ਪਹਿਲਾਂ ਧਰਾਉਣ ਲੈ ਗਏ ਸੀ, ਕਿੰਨਾ ਉੱਥੇ ਪਾਣੀ ਖੜਾ ਪੂਰੇ ਖੜਾ ਤਾ, ਹੁਣ ਪਾਣੀ ਅਸੀਂ ਬਹੁਤ। ਆਹ ਦੇਖੋ ਅੱਧੇ ਲੋਕ ਤਾਂ ਬੂਟਾਂ ਦੇ ਸਾਡੇ ਲਫਾਫੀ ਪਾਉਣ ਲੱਗ ਗਏ, ਦਿਖਾਓ ਕਿਤੇ ਆਹ ਦੇ ਸਾਹਮਣੇ ਬਾਈ, ਉਹ ਨਾ ਕੇ ਆਓ ਉਹ ਨਾ ਕੇ ਆਓ, ਉਹ ਦੇਖੋ ਕੀ ਆਇਆ ਜੀ ਹੁਣ ਬਰਗਰ ਖਾਣ ਵਾਲਾ ਇਟੈਲੀਅਨ ਮਾਸਟਰ ਵਾਲਿਆਂ ਦੇ। ਆਜੋ ਚੱਲਦੇ ਹਾਂ ਅੰਦਰ, ਪੂਰਾ ਸਾਰਾ ਮਾਹੌਲ ਆ ਬਾਬੇ ਦੇਖਣ ਕਰਨ ਨੂੰ। ਆਪਾਂ ਕਰਾ ਲਈਏ ਜੀ ਦੋ ਮੀਲਾਂ, 135-135 ਵਾਲੀਆਂ, ਇੱਕੋ 'ਚ ਫਰਾਈਜ ਆਊ, ਇੱਕ ਕੋਲਡ ਡਰਿੰਕ ਅਤੇ ਇੱਕ ਬਰਗਰ। ਦੋ ਦੋ ਮੀਲ ਆਪਣੀ ਆ ਚੁੱਕੀ ਹੈ ਜੀ। ਫਰੈਂਚ ਫਰਾਈਜ ਜੀ ਉਹ ਲੈ ਕੇ ਆਉਣ ਵਾਲਾ ਅਤੇ ਆਹ ਚੀਜ਼ਾਂ ਆ ਚੁੱਕੀਆਂ ਨੇ। ਵੱਡਾ
ਬਰਗਰ ਖਾ ਲਿਆ ਜੀ ਤੇ ਆਪਣੇ ਫ੍ਰੈਂਚ ਫ੍ਰਾਈਜ਼ ਵੀ ਆ ਚੁੱਕੇ ਨੇ ਲੱਭੀ ਲੇਟ ਹੋ ਰਹੇ ਸੀ ਬਾਬੇ ਉਹ ਤਾਂ ਕਰਕੇ ਜੀ ਆਪਣਾ ਜਗਾੜ ਮਿੰਟ ਨਾਲ ਹੀ ਚੱਕ ਲਏ ਬਰਗਰ ਖਾ ਲਏ ਜੀ ਜੇ ਤੁਸੀਂ 135 ਵਾਲੀ ਮੀਲ ਲੈਂਦੇ ਹੋ ਇੱਥੇ ਬਠਿੰਡੇ ਆ ਕੇ ਕਿਹੜੇ ਸੀ ਇਹ ਇਟਾਲੀਅਨ ਬਰਗਰ ਵਾਲਿਆਂ ਦੇ ਅਤੇ ਤਾਂ ਤੁਹਾਡਾ ਪੈਸੇ ਰਾਸ ਆ ਜਾਣਗੇ ਬਹੁਤ ਵਧੀਆ ਜਗਾੜ ਮਿੰਟ ਆ ਅਤੇ ਆਹ ਦੇਖੋ ਕਰਕੇ ਦਿਖਾ ਨਹੀਂ ਪਾਏ ਤੇ ਉੱਤੋਂ ਮੀਂਹ ਦੇ ਕਾਰਨ ਨਹੀਂ ਦਿਖਾ ਪਾਏ ਏਦਾਂ ਕੁਛ ਘੰਟਾ ਤਾਂ ਸਾਡਾ ਰਾਹਾਂ 'ਚ ਹੀ ਖਰਾਬ ਹੋ ਗਿਆ ਅਤੇ ਹੁਣ ਜਦੋਂ ਫਿਰ ਆਏ ਨਾ ਫਿਰ ਤੁਹਾਨੂੰ ਬਹੁਤ ਕੁਝ ਦਿਖਾ ਕੇ ਜਾਵਾਂਗੇ ਹੋਰ ਜਗਾੜ ਮਿੰਟ ਤਾਂ ਜੁੜੇ ਰਿਹਾ ਕਰੋ ਸਾਡੇ ਬਲੌਗ 'ਚ ਹਰੇਕ ਬਲੌਗ ਤੁਹਾਨੂੰ ਇਸ ਤਰ੍ਹਾਂ ਦੀ ਲੋਕੇਸ਼ਨ ਤੁਸੀਂ ਦਿਖਾਇਆ ਹੀ ਕਰਾਂਗੇ ਨਾ ਅਤੇ ਹਜੇ ਬਰਨਾਲੇ ਵੀ ਜਾਣਾ ਆਪਾਂ ਕਰਨਾ ਪਊ ਹੁਣ ਬਸ ਇਹ ਤੁਹਾਨੂੰ ਹੋਰ ਕੁਛ ਬਹੁਤ ਕੁਝ ਦਿਖਾਉਣਾ ਸੀ ਪਾਣੀ ਦੇਖੋ ਬਾਬੇ ਅੱਡਾ ਮਿਲ ਚੁੱਕਿਆ ਜੀ ਸਾਨੂੰ ਮਸਾਂ ਉਹ ਵੀ ਅਤੇ ਹੁਣ ਅਸੀਂ ਜਾ ਰਹੇ ਹਾਂ ਪਿੰਡ ਆਪਦੇ ਪਹਿਲਾਂ ਜਾਵਾਂਗੇ ਬਰਨਾਲੇ ਅਤੇ ਫਿਰ ਜੇ ਟਾਈਮ ਹੋਇਆ ਤਾਂ ਬਰਨਾਲੇ ਦਾ ਬਸ ਚੜ੍ਹ ਚੁੱਕੇ ਹਾਂ ਜੀ ਬਹੁਤ ਸਾਰੇ ਡੇਕ ਸੀ ਜੋ ਲੈਣੇ ਪਾਏ ਮੀਂਹ ਕਰਕੇ ਤੁਸੀਂ ਇੰਜੋਏ ਕਰੋ ਅਸੀਂ ਬਰਨਾਲੇ ਵੀ ਜਾਣਾ ਗਾ ਬਾਲੀ ਵੱਡੀ ਆ ਬਈ ਇਹ ਤਾਂ ਇਹ ਸੀ ਬਾਬੇ ਏਅਰ ਫੋਰਸ ਪੁੱਛੋ ਵਾਲੀ ਪੁੱਛੋ ਜੀ ਦੇਖੋ ਕਿੰਨਾ ਬੁਰਾ ਹਾਲ ਆ ਮੀਂਹ ਨੇ ਕੀਤਾ ਪੁੱਛੋ ਵਾਲਾ ਆਊਟਲੈਟ ਦੇਖੋ ਜੀ ਸੈਮਸੰਗ ਕੰਪਨੀ ਵੀ ਹੈ ਨਾਲੇ ਆ ਗਏ ਜੀ ਆਪਾਂ ਕਿਉਂ ਲੱਭੀ ਕਿਵੇਂ ਲੰਘਿਆ ਦਿਨ ਵਧੀਆ ਲੰਘਿਆ ਦੁਕਾਨ ਤੋਂ ਸ਼ਰਟ ਮਿਲੀ ਨਹੀਂ ਅਤੇ ਸਾਡੇ ਕੋਲ ਰੁਪਈਏ 300 ਹੀ ਆ ਤਾਂ ਕਰਕੇ ਅਸੀਂ ਕੋਈ ਸਸਤੀ ਦੁਕਾਨ ਲੱਭਦੇ ਫਿਰਦੇ ਹਾਂ ਬੜਾ ਹਰਾਮੀ ਹੋ ਗਿਆ ਆਖਿਰ ਸਾਨੂੰ ਆਹ ਦੁਕਾਨ ਮਿਲ ਗਈ ਅਤੇ ਇੱਥੋਂ ਲਵਾਂਗੇ ਹੁਣ ਇੱਕ ਟੀ ਸ਼ਰਟ ਬਾਬੇ ਉਹ ਬਹੁਤ ਸੋਹਣੀਆਂ ਸੋਹਣੀਆਂ ਨੇ ਦੇਖੋ ਤੁਹਾਡੇ ਸਾਹਮਣੇ ਨੇ ਆਹ ਸ਼ਰਟ ਲੈ ਲਈ ਆ ਜੀ ਅਸੀਂ ਆਪਾਂ ਲੈ ਲਈ ਆ ਜੀ ਅਤੇ ਹੁਣ ਆਪਾਂ ਚੱਲਦੇ ਹਾਂ ਪਿੰਡ ਬਾਬੇ ਉਹ 500 ਦੀ ਦਿੱਤੀ ਆ ਸਾਰੇ ਉਹੀ ਮਰ ਜਾਂਦਾ ਯਾਰ 400 ਦੀ ਆ ਆਪਾਂ ਮਰ ਜਾਂਦਾ ਦਿਨ ਤੁਹਾਨੂੰ ਇਹ ਬਲੌਗ ਯਾਰ ਵਧੀਆ ਲੱਗਿਆ ਹੈ ਨਾ ਸਾਰਾ ਦਿਨ ਫੁੱਟਿਆ ਤਾਂ ਲਾਈਕ ਕਰ ਦਿਓ ਨਾਲੇ ਕਮੈਂਟ ਕਰ ਦਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚਲੋ ਮਿਲਦੇ ਹਾਂ ਅਗਲੇ ਵਲੌਗ 'ਚ